ਇੱਕ ਵੱਡੀ ਲੀਡ ਹੈ ਜਿਹੜੀ ਪਹਿਲੇ ਰਾਊਂਡ ਤੋਂ ਹੀ ਕਹਿੰਦੇ ਆ ਵੱਧਦੀ 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 ਲਗਾਤਾਰ ਵੱਧ ਰਹੀ ਹੈ, ਕਿਵੇਂ ਦੇਖਦੇ ਹੋ ਪਹਿਲਾ ਰਿਐਕਸ਼ਨ? ਸਭ ਤੋਂ ਪਹਿਲੇ ਤਾਂ ਮੈਂ ਇਹ ਜੋ ਵੀ ਮੈਨੂੰ ਸਰਕਾਰ ਲੋਕਾਂ ਦਾ ਸਰਕਾਰ ਨੂੰ ਮਿਲ ਰਿਹਾ, ਇਹ ਕੇਵਲ ਤਾਂ ਕੇਵਲ ਸਾਡੇ ਪੰਜਾਬ ਦੇ ਮਹਿਬੂਬ ਔਰ ਪੰਜਾਬ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਅੱਛੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਨੇ ਲੋਕਾਂ ਨੇ ਮੈਨਡ ਦਿੱਤਾ ਹੈ, ਔਰ ਨਾਲ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਲੋਕਾਂ ਨੇ ਸੀਐਮ ਸਾਹਿਬ ਦੇ ਕੰਮਾਂ ਨੂੰ ਉਹਨਾਂ ਨੂੰ ਪਿਆਰ ਕਰਦੇ ਨੇ ਸੀਐਮ ਸਾਹਿਬ ਨੂੰ ਜਨਤਾ, ਔਰ ਉਹਨਾਂ ਨੇ ਇਹ ਸਫ਼ਲ ਦਿੱਤਾ ਹੈ। ਅੱਛਾ, ਕਿਵੇਂ ਦੇਖਦੇ ਹੋ ਕਿ ਲਗਾਤਾਰ, ਕਿਉਂਕਿ ਅਜੇ ਦਿਨ ਬਾਹਲੇ ਨਹੀਂ ਹੋਏ ਸੀ, ਕਾਂਗਰਸ ਦੀ ਇੱਕ ਵੱਡੀ ਲੀਡ ਸੀ, ਉਸ ਲੀਡ ਨੂੰ ਤੋੜ ਕੇ ਉਸ ਲੀਡ ਨੂੰ ਕਨਵਰਟ ਕਰਨਾ ਦੂਜੇ ਪਾਸੇ ਡਬਲ ਮਿਹਨਤ ਵਾਲਾ ਕੰਮ ਸੀ? ਦੇਖੋ, ਇੱਥੋਂ ਸਾਫ਼ ਜਾ ਰਹਿੰਦਾ ਹੈਗਾ ਕਿ ਲੋਕ ਸਭਾ ਦੇ ਇਲੈਕਸ਼ਨਾਂ ਨੂੰ ਵਿਧਾਨ ਸਭਾ ਦੇ ਇਲੈਕਸ਼ਨ ਨਾਲ ਨਹੀਂ ਜੁੜਿਆ ਜਾ ਸਕਦਾ, ਔਰ ਦੇਖੋ ਵਿਦ ਨੋ ਟਾਈਮ ਆਲਮੋਸਟ ਲੋਕਾਂ ਨੇ ਆਪਣਾ ਫਤਵਾ ਵਿਧਾਨ ਸਭਾ ਨੂੰ, ਇਹ ਫਤਵਾ ਹੈਗਾ ਸਰਕਾਰ ਨੂੰ ਇਨ ਦਾ ਫੇਵਰ ਆਫ ਗਵਰਨਮੈਂਟ ਐਂਡ ਇਨ ਦਾ ਵਰਕਿੰਗ ਆਫ ਦਾ ਸੀਐਮ, ਆਨਰੇਬਲ ਸੀਐਮ, ਉਹਨਾਂ ਨੂੰ ਉਹਨਾਂ ਲੋਕਾਂ ਨੇ ਫਤਵਾ ਦਿੱਤਾ ਹੈਗਾ। ਇਸ ਤੋਂ ਸਾਫ਼ ਜਾ ਰਿਹਾ ਕਿ ਜਨਤਾ ਜੋ ਪੰਜਾਬ ਦੀ ਹੈ ਉਹ ਸੀਐਮ ਸਾਹਿਬ ਦੇ ਕੰਮਾਂ ਦੀ ਸ਼ਲਾਘਾ ਕਰ ਰਹੀ ਹੈ, ਉਹਨਾਂ ਦੇ ਕੰਮਾਂ ਨੂੰ ਪਸੰਦ ਕਰ ਰਹੀ ਹੈ, ਇਸ ਕਰਕੇ ਲੋਕਾਂ ਨੇ ਬਹੁਤ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾਉਣ ਜਾ ਰਹੀ ਹੈ। ਅੱਛਾ, ਜਿਹੜਾ ਲਗਾਤਾਰ ਤੁਸੀਂ ਲੋਕਾਂ ਨਾਲ ਦੇਖੋ ਵਾਅਦੇ ਵੀ ਹੁੰਦੇ ਨੇ, ਲੋਕ ਤੁਹਾਡੇ ਪਹਿਲਾਂ ਪਿਤਾ ਜੀ ਮੰਤਰੀ ਰਹੇ ਨੇ, ਤਾਂ ਲੋਕ ਉਹਨਾਂ ਵਾਲੀ ਜਿਹੜੀ ਹੈਗੇ ਤੁਹਾਡੇ 'ਚੋਂ ਵੀ ਦੇਖਣਾ ਚਾਹੁੰਗੇ ਕਿ ਵੀ ਤੁਸੀਂ ਪਹਿਲਾਂ ਦਾਅਵਾ ਕਰਦੇ ਹੋ ਕਿ ਮੇਰੇ ਪਿਤਾ ਜੀ ਨੇ ਬਹੁਤ ਕੰਮ ਕਰਾਏ, ਤਾਂ ਤੁਹਾਡੇ 'ਤੇ ਜ਼ਿੰਮੇਵਾਰੀ ਡਬਲ ਬਣ ਜੇ? ਤੁਹਾਨੂੰ ਲੱਗਦਾ ਕਿ ਤੁਸੀਂ ਉਸੇ ਤਰ੍ਹਾਂ ਕੰਮ ਕਰ ਸਕੋਗੇ? ਤੁਹਾਨੂੰ ਲੱਗਦਾ ਕਿ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਉਮੀਦਾਂ 'ਤੇ ਖਰੇ ਉਤਰਨਾ, ਕਿਉਂਕਿ ਪਹਿਲਾਂ ਜਿਹੜੇ ਸਾਥੀ ਤੁਹਾਡੇ ਇੱਥੋਂ ਛੱਡ ਕੇ ਤੁਹਾਡੇ ਸਾਹਮਣੇ ਖੜੇ ਨੇ ਅੱਜ, ਤੁਹਾਡੇ ਲਈ ਜਗ੍ਹਾ ਛੱਡ ਕੇ ਗਏ ਜਿਹੜੇ, ਉਹ ਕਹਿੰਦੇ ਨੇ ਕਿ ਮੇਰੇ ਕੰਮ ਨਹੀਂ ਸੀ ਹੁੰਦੇ, ਤਾਂ ਤੁਹਾਡੇ 'ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ? ਤੁਹਾਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੀ ਉਮੀਦਾਂ 'ਤੇ ਖਰਾ ਉਤਰਨਾ ਬਹੁਤ ਲਾਜ਼ਮੀ ਹੈ ਔਰ ਇੱਕ ਚੁਣੌਤੀ ਹੈ? ਮੈਨੂੰ ਸਾਫ਼ ਨਜ਼ਰ ਆ ਰਿਹਾ ਕਿ ਜੋ ਜਨਤਾ ਚਾਹੇਗੀ, ਜੋ ਜਨਤਾ ਚਾਹੁੰਦੀ, ਉਹਦੇ ਕੰਮ ਹੋਣਗੇ। ਕੰਮ ਹਰ ਸਰਕਾਰ ਚਾਹੁੰਦੀ ਕਿ ਉਹਦੇ ਵਿਧਾਇਕ ਦੇ ਕੰਮ ਹੋਣ ਤਾਂ ਕਿ ਸਰਕਾਰ ਦੀ ਪ੍ਰਸ਼ੰਸਾ ਹੋਵੇ। ਅਗਰ 91 ਵਿਧਾਇਕਾਂ ਦੇ ਕੰਮ ਹੋ ਰਹੇ ਸਨ ਤਾਂ 92 ਦੇ ਕਿਉਂ ਨਹੀਂ ਸੀ ਹੋ ਰਹੇ? ਸੋ ਇਹ ਸਾਰੀਆਂ ਗੱਲਾਂ ਕਹਿੰਦੀਆਂ ਨੇ, ਕੋਈ ਵੀ ਸਰਕਾਰ ਆਪਣੇ ਵਿਧਾਇਕ ਦਾ ਕੰਮ ਨਹੀਂ ਰੋਕਦੀ, ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਸਰਕਾਰ ਕੋਲੋਂ ਕੰਮ ਵੱਧ ਚੜ੍ਹ ਕੇ ਕਰਾਵਾਂਗਾ, ਕਿਸੇ ਤਰ੍ਹਾਂ ਦੀ ਕਮੀ ਨਹੀਂ ਆਏਗੀ, ਲੋਕਾਂ ਦੀਆਂ ਉਮੀਦਾਂ 'ਤੇ ਮੈਂ ਪੂਰਾ ਉਤਰਾਂਗਾ। ਹਾਲਾਂਕਿ ਮਿੰਟ ਖੋਲ ਲੈਣਾ ਤੁਹਾਡਾ, ਹਾਲਾਂਕਿ ਨਤੀਜਾ ਹਾਲੇ ਜਦੋਂ ਫਾਈਨਲ ਹੋ ਜਾਏਗਾ, ਬਾਕੀ ਚੀਜ਼ਾਂ ਉਸ ਤੋਂ ਬਾਅਦ ਹਜੇ ਕਲੀਅਰ ਹੋਣੀਆਂ, ਪਰ ਜਿਸ ਤਰ੍ਹਾਂ ਦੀ ਲੀਡ ਆ ਉਹ ਕਰੀਬ ਕਰੀਬ ਤੁਸੀਂ ਜਿੱਤ ਵਾਲੇ ਪਾਸੇ ਵੱਧ ਰਹੇ ਹੋ, ਤਾਂ ਵਿਧਾਨ ਸਭਾ ਵਾਲੀਆਂ ਪੌੜੀਆਂ ਤਾਂ ਤੁਸੀਂ ਚੜ੍ਹਦੇ ਦੇਖ ਰਹੇ ਹੋ, ਪਰ ਤੁਹਾਡੇ ਪਿਤਾ ਜੀ ਕੈਬਨਿਟ ਦੇ ਵਿੱਚ ਵੀ ਸੀ, ਕੈਬਨਿਟ ਮੰਤਰੀ ਸੀ, ਮੁੱਖ ਮੰਤਰੀ ਸਾਹਿਬ ਵੀ ਮੰਚ 'ਤੇ ਉੱਥੇ ਬੋਲ ਕੇ ਗਏ ਸੀ, ਤਾਂ ਤੁਹਾਨੂੰ ਲੱਗਦਾ ਕਿ ਹੁਣ ਪਿਤਾ ਜੀ ਵਾਂਗੂ ਤੁਸੀਂ ਵੀ ਵਿਧਾਨ ਸਭਾ ਦੇ ਮਗਰਲੇ ਗੇਟ ਤਾਂ ਜਿਹੜਾ ਮੇਨ ਗੇਟ ਆ ਉੱਥੋਂ ਦੀ ਅੰਦਰ ਜਾਓਗੇ? ਦੇਖੋ, ਇਹ ਸਾਰਾ ਜੋ ਪੈਰੋਗੇਟਿਵ ਹੈਗਾ ਸੀਐਮ ਸਾਹਿਬ ਦਾ ਹੈਗਾ, ਕਿਸ ਨੂੰ ਕੀ ਬਣਾਉਣਾ ਹੈਗਾ, ਬਾਕੀ ਮੈਂ ਐਜ਼ ਏ ਵਰਕਰ ਕੰਮ ਪਹਿਲੇ ਵੀ ਕਰ ਰਿਹਾ, ਆਮ ਆਦਮੀ ਪਾਰਟੀ ਦਾ ਅੱਗੋਂ ਵੀ ਕਰਾਂਗਾ, ਠੀਕ ਹੈ ਜੀ। ਮੇਰਾ ਕੰਮ ਹੈ ਪਾਰਟੀ ਦੀ ਸੇਵਾ ਕਰਨਾ, ਜੋ ਪਾਰਟੀ ਮੈਨੂੰ ਹੁਕਮ ਲਾਏਗੀ, ਜੋ ਜ਼ਿੰਮੇਵਾਰੀ ਦੇਵੇਗੀ, ਮੈਂ ਬਖੂਬੀ ਨਿਭਾਵਾਂਗਾ, ਇਮਾਨਦਾਰੀ ਨਾਲ ਨਿਭਾਵਾਂਗਾ, ਇੰਨਾ ਹੀ ਮੈਂ ਕਹਿ ਸਕਦਾ ਆਪਣੇ ਵੱਲੋਂ। ਫਿਰ ਤੋਂ ਤੁਸੀਂ ਹਾਲਾਂਕਿ ਸ਼ੁਰੂਆਤ ਦੇ ਵਿੱਚ ਤੁਸੀਂ ਜ਼ਿਕਰ ਕੀਤਾ, ਪਰ ਇਸ ਜਿਹੜੀ ਲੀਡ ਆ ਰਹੀ ਆ ਇਹਦਾ ਕ੍ਰੈਡਿਟ ਕਿਹਨੂੰ ਜਾਊਗਾ? ਦੇਖੋ ਜੀ, ਮੈਂ ਪਹਿਲੇ ਕਿਹਾ ਹੈਗਾ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਚੰਗੇ ਕੰਮਾਂ ਨੂੰ ਦੇਖ ਕੇ ਦੇ ਹੋਏ ਪਾਰਟੀ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈਗਾ, ਕਿਉਂਕਿ ਇਸ ਤੋਂ ਸਾਫ਼ ਜਾ ਰਿਹਾ ਕਿ ਜਿਹੜੀ ਜਨਤਾ ਹੈਗੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਹੁਤ ਪਿਆਰ ਕਰਦੀ ਹੈ, ਬਹੁਤ ਪਸੰਦ ਕਰਦੀ ਹੈ ਉਹਦੇ ਕੀਤੇ ਹੋਏ ਕੰਮਾਂ 'ਤੇ। ਉਹਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਮਾਨ ਸਾਹਿਬ ਹੋਰ ਜਨ ਹਿੱਤ ਦੇ ਕੰਮ ਕਰਨਗੇ। ਸ਼ੀਤਲ ਉਂਗਰਾਲ 3 ਨੰਬਰ 'ਤੇ ਚੱਲ ਰਹੇ ਨੇ, ਕਿਵੇਂ ਦੇਖਦੇ ਹੋ? ਆਏ ਸਾਰਿਆਂ ਤੋਂ ਪਹਿਲਾਂ ਸੀ, ਪਰ ਇੱਕ ਵਾਰੀ ਉਹ ਚਲੇ ਗਏ। ਚਲੋ ਹੁਣ ਦੇਖੋ, ਜਿਹੜਾ ਹੈਗਾ ਇਹ ਤਾਂ ਹਰ ਆਦਮੀ ਦਾ ਆਪਣਾ ਆਪਣਾ ਰਿਜ਼ਲਟ ਹੈਗਾ, ਜਨਤਾ ਦਾ ਫਤਵਾ ਹੈਗਾ, ਸਾਨੂੰ ਖਰੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈਗਾ, ਔਰ ਮੈਂ ਕਰ ਰਿਹਾ। ਤਾਂ ਮਹਿੰਦਰ ਭਗਤ ਹੋਣੀ
ਜਿਸ ਤਰ੍ਹਾਂ ਦੀ ਸਥਿਤੀ ਹੈ, ਜਿਸ ਤਰ੍ਹਾਂ ਦੇ ਹੁਣ ਤੱਕ ਦੇ ਰੁਝਾਨ ਆ ਰਹੇ ਨੇ, ਧਰਮਿੰਦਰ ਭਗਤ ਹੋਣੀ ਜਿੱਤ ਵੱਲ ਵੱਧਦੇ ਨਜ਼ਰ ਆ ਰਹੇ ਨੇ। ਨਪਿੰਦਰ, ਇੱਕ ਹੋਰ 7ਵੇਂ ਰਾਊਂਡ ਦੇ ਸਾਡੇ ਕੋਲੇ ਫਿਗਰ ਪਹੁੰਚੀਆਂ ਨੇ। 7ਵੇਂ ਰਾਊਂਡ ਤੋਂ ਬਾਅਦ 30,999 ਵੋਟਾਂ ਜਿਹੜੀਆਂ ਨੇ ਉਹ ਟੋਟਲ ਮਹਿੰਦਰ ਭਗਤ ਨੂੰ ਮਿਲੀਆਂ ਨੇ ਹੁਣ ਤੱਕ, ਔਰ ਸੁਰਿੰਦਰ ਕੌਰ 10,221 ਔਰ ਸ਼ੀਤਲ ਅੰਗੁਰਾਲ 8,860, ਯਾਨੀ 20,000 ਦੀ ਲੀਡ ਜਿਹੜੀ ਹੈ ਗੌਰਵ ਮਹਿੰਦਰ ਭਗਤ ਕ੍ਰੋਸ ਕਰ ਗਏ ਨੇ। ਜੀ ਬਿਲਕੁਲ, ਇੱਕ ਹੋਰ ਰਾਊਂਡ ਤੇ ਇੱਕ ਵਾਰੀ ਫਿਰ ਲੀਡ ਹੋਰ ਵੱਧ ਗਈ, ਯਾਨੀ ਜਿਹੜੀ ਪਹਿਲਾਂ 18,000 ਦੇ ਨੇੜੇ ਸੀ ਔਰ ਉਸ ਤੋਂ ਬਾਅਦ ਇੱਕ ਹੋਰ ਅੱਗੇ ਲੀਡ ਵੱਧਦੀ ਹੋਈ ਨਜ਼ਰ ਆ ਰਹੀ ਹੈ। ਯਾਨੀ ਕਿ ਕੁੱਲ ਮਿਲਾ ਕੇ ਇਸ ਸਮੇਂ ਜੋ ਸਾਡੇ ਕੋਲ ਨਜ਼ਰ ਆ ਰਿਹਾ ਕਿ ਜਿਹੜੀ ਟੋਟਲ ਲੀਡ ਹੈ ਉਹ 20,778 ਵੋਟਾਂ ਦੀ ਹੋ ਚੁੱਕੀ ਹੈ ਮਹਿੰਦਰ ਭਗਤ ਦੀ। ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਦੇਖੋ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਆ ਰਹੀਆਂ ਨੇ। ਪਰਿਵਾਰ ਇਸ ਸਮੇਂ ਜਸ਼ਨ ਮਨਾ ਰਿਹਾ ਔਰ ਨਪਿੰਦਰ ਇਸ ਸਮੇਂ ਕਾਊਂਟਿੰਗ ਸੈਂਟਰ ਦੇ ਉੱਤੇ ਮੌਜੂਦ ਨੇ ਔਰ ਬਾਹਰ ਆ ਗਏ ਮਹਿੰਦਰ ਭਗਤ ਆ ਕੇ ਆਪਣੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ। ਨਪਿੰਦਰ ਦਾ ਅਸੀਂ ਰੁੱਖ ਕਰਾਂਗੇ, ਪੰਕਜ ਦਾ ਵੀ ਰੁੱਖ ਕਰਦੇ ਹਾਂ। ਦੇਖੋ ਇੱਕ ਹੋਰ ਫੈਕਟਰ ਬਹੁਤ ਅਹਿਮ ਸੀਗਾ ਇਸ ਪੂਰੇ ਇਲੈਕਸ਼ਨ ਦੇ ਵਿੱਚ ਕਿ ਜਿਹੜੇ ਸੁਰਿੰਦਰ ਕੌਰ ਨੇ ਉਹਨਾਂ ਨੂੰ ਬਤੌਰ MC ਬਤੌਰ ਸੀਨੀਅਰ ਡਿਪਟੀ ਮੇਅਰ ਲੋਕਾਂ ਨੇ ਦੇਖਿਆ ਸੀ। ਬਹੁਤ ਸਾਰੀ ਕਿੰਤੂ ਪਰੰਤੂ ਜੁੜ ਜਾਂਦੇ ਨੇ ਜਦੋਂ ਤੁਸੀਂ ਕਾਰਜਕਾਰੀ ਦੇਖੀ ਹੋਵੇ। ਅੱਛਾ, ਉਸ ਤੋਂ ਬਾਅਦ ਸ਼ੀਤਲ ਅੰਗੁਰਾਲ ਨੂੰ ਬਤੌਰ MLA ਲੋਕਾਂ ਨੇ ਦੇਖਿਆ ਸੀ। ਮਹਿੰਦਰ ਭਗਤ ਦੇ ਨਾਲ ਲੱਗ ਰਿਹਾ ਕਿ ਕਈ ਵੀ ਇੰਪੈਕਟ ਚਲਾ ਗਿਆ ਕਿ ਉਹ ਇੱਕ ਫਰੈਸ਼ ਸੀ ਕਿ ਹਾਂ ਇਲੈਕਸ਼ਨ ਬੇਸ਼ੱਕ ਲੜੇ ਨੇ ਪਰ ਅੱਜ ਤੱਕ ਵਿਧਾਇਕ ਵਾਲੇ ਪਾਸੇ ਗਏ ਨਹੀਂ, ਪਰਿਵਾਰ ਦੇ ਵਿੱਚੋਂ ਬੇਸ਼ੱਕ ਉਹਨਾਂ ਦੇ ਪਿਤਾ ਰਹੇ ਹੋਣ MLA ਜਾਂ ਮੰਤਰੀ, ਤਾਂ ਕਿਤੇ ਨਾ ਕਿਤੇ ਉਹ ਵੀ ਇੱਕ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਪਲੱਸ ਪੁਆਇੰਟ ਉਹਨਾਂ ਦੇ ਲਈ ਰਿਹਾ ਜੋ ਇਸ ਪੂਰੇ ਇਲੈਕਸ਼ਨ ਦੇ ਵਿੱਚ ਨਜ਼ਰ ਆਇਆ, ਕੰਮ ਕਰਦਾ ਹੋਇਆ ਨਜ਼ਰ ਆਇਆ। ਖੈਰ, ਪਰਿਵਾਰ ਦੀਆਂ ਕੁਝ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਜਿਹੜੇ ਪਰਿਵਾਰ ਦੇ ਪਹੁੰਚੇ ਹੋਏ ਨੇ ਜਲੰਧਰ ਉਹ ਵੀ, ਤੇ ਦੂਜੇ ਪਾਸੇ ਜਿਹੜੇ ਨਹੀਂ ਪਹੁੰਚੇ ਪਰਿਵਾਰ ਦੇ ਮੈਂਬਰ ਉਹ ਵੀਡੀਓ ਕਾਲ ਦੇ ਨਾਲ ਜੁੜੇ ਹੋਏ ਨੇ, ਉਹ ਵੀ ਤਸਵੀਰਾਂ ਦੇ ਵਿੱਚ ਪਰਿਵਾਰ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ। ਪੰਕਜ ਦਾ ਰੁਖ ਕਰ ਰਹੇ ਨੇ, ਪੰਕਜ ਹੋਰ ਗੱਲਬਾਤ ਕਰਨਗੇ। ਪੰਕਜ, 7 ਰਾਊਂਡ ਹੋ ਚੁੱਕੇ ਨੇ, ਰਿਜ਼ਲਟ ਸਾਹਮਣੇ ਹੈ, 20,000 ਤੋਂ ਜ਼ਿਆਦਾ ਦੀ ਲੀਡ। ਦੇਖੋ ਵਿਜੇ, ਮੈਨੂੰ ਲੱਗਦਾ ਨਹੀਂ ਹੈ ਇਹ ਲੀਡ ਹੁਣ ਟੁੱਟਣ ਵਾਲੀ ਹੈ ਔਰ ਇਸੇ ਵਜ੍ਹਾ ਕਰਕੇ ਜਸ਼ਨ ਦਾ ਮਾਹੌਲ ਜਿਹੜਾ ਵਾ ਮਹਿੰਦਰ ਭਗਤ ਦੇ ਘਰ ਦੇਖਣ ਨੂੰ ਮਿਲ ਰਿਹਾ ਵਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਵਾਰ ਜਦੋਂ ਲੀਡ ਵਧੀ ਹੈ ਔਰ ਪਹਿਲੇ 4-5 ਰਾਊਂਡ ਦੇ ਵਿੱਚ ਅਗਰ ਲੀਡ ਨਾ ਟੁੱਟੇ ਤਾਂ ਉਸ ਤੋਂ ਬਾਅਦ ਲਗਾਤਾਰ ਲੀਡ ਵਧਦੀ ਜਾਂਦੀ ਹੈ ਔਰ ਇਹੀ ਤਸਵੀਰ ਹੈ ਕਿ 7ਵੇਂ ਰਾਊਂਡ ਤੱਕ 20,000 ਤੋਂ ਵੱਧ ਦਾ ਮਾਰਜਨ ਹੋ ਗਿਆ ਵਾ ਔਰ ਬੋਡੀ ਲੈਂਗੁਏਜ ਜਿਹੜਾ ਗੌਰਵ ਅਸੀਂ ਸਵੇਰੇ ਵੀ ਗੱਲ ਕਰ ਰਹੇ ਸੀਗੇ ਕਿ ਕੈਂਡੀਡੇਟ ਦੀ ਬਹੁਤ ਮੈਟਰ ਕਰਦੀ ਹੈ, ਜਦੋਂ ਸ਼ੀਤਲ ਨਾਲ ਗੱਲਬਾਤ ਕੀਤੀ ਸ਼ੀਤਲ ਕਹਿ ਰਹੇ ਸੀਗੇ ਕਿ ਮੈਂ ਹਾਰਾਂ ਚਾਹੇ ਜਿੱਤਾਂ ਮੈਂ ਤਾਂ ਕੰਮ ਕਰਦਾ ਰਹੂੰਗਾ, ਦਫ਼ਤਰ ਬੈਠਾ ਰਹੂੰਗਾ ਔਰ ਨਿਸ਼ਾਨੇ ਤੇ ਸਰਕਾਰ ਸੀ। ਸੁਰਿੰਦਰ ਕੌਰ ਹੋਰਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਕਿ ਅਜੇ ਗੱਲਬਾਤ ਨਹੀਂ ਕਰਨੀ ਪਹਿਲਾਂ ਰੁਝਾਨ ਵਾਲਿਆਂ ਤੋਂ, ਲੇਕਿਨ ਮਹਿੰਦਰ ਭਗਤ ਹੋਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਸਵੇਰੇ ਗੁਰੂ ਘਰ ਮੱਥਾ ਟੇਕਿਆ, ਨਤਮਸਤਕ ਹੋਏ ਔਰ ਉਸ ਤੋਂ ਬਾਅਦ ਉਹ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਨਜ਼ਰ ਆਏ ਸੀਗੇ। ਚਿਹਰੇ ਤੇ ਮੁਸਕਰਾਹਟ ਸੀਗੀ, ਉਮੀਦ ਸੀਗੀ, ਕਿਉਂਕਿ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਇਸ ਇਲੈਕਸ਼ਨ ਦੇ ਜਿਹੜੇ ਲੀਡ ਵਾਲੇ ਫੈਕਟਰ ਨੇ ਮਹਿੰਦਰ ਭਗਤ ਦੇ ਲਈ, ਪਹਿਲਾ ਫੈਕਟਰ ਹੈ CM ਦਾ ਜ਼ਬਰਦਸਤ ਪ੍ਰਚਾਰ ਕਰਨਾ। ਪੂਰੀ ਸਰਕਾਰ ਨੇ ਇੱਕ ਇਹ ਕਹਿ ਦਿੱਤਾ ਕਿ ਜਦੋਂ ਸ਼ੀਤਲ ਅੰਗੁਰਾਲ ਨੇ ਛੱਡਿਆ ਤਾਂ ਸਰਕਾਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਵੱਡਾ ਚੈਲੰਜ ਸੀਗਾ ਕਿ ਜੇ ਸ਼ੀਤਲ ਛੱਡ ਗਿਆ ਅਗਰ ਇਹ ਇਲੈਕਸ਼ਨ ਹਾਰ ਗਏ ਤਾਂ ਕੱਲ ਨੂੰ ਹੋਰ ਵਿਧਾਇਕ ਵੀ ਇਹ ਇਸੇ ਤਰੀਕੇ ਨਾਲ ਜਾ ਸਕਦੇ ਨੇ, BJP ਨੇ ਕਈ ਸੀਟਾਂ 'ਚ ਕੰਮ ਕੀਤੇ ਨੇ, ਤਾਂ ਇਸ ਕਰਕੇ ਪੂਰੀ ਵਾਹ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਔਰ ਉਸੇ ਦੇ ਨਤੀਜੇ ਨੇ। ਦੂਜਾ ਫੈਕਟਰ ਰਿਹਾ ਮਹਿੰਦਰ ਭਗਤ ਹੋਰਾਂ ਦੀ ਭਗਤ ਕਾਸਟ ਦਾ, ਭਗਤ ਪੂਰੀ ਕਾਸਟ ਜਿਹੜੀ ਹੈ ਉਹ ਮਹਿੰਦਰ ਭਗਤ ਹੋਰਾਂ ਦੇ ਹੱਕ 'ਚ ਭੁਗਤਦੀ ਹੋਈ ਨਜ਼ਰ ਆਈ ਹੈ। ਤੀਸਰਾ ਫੈਕਟਰ ਰਿਹਾ ਕਿ ਸ਼ੀਤਲ ਅੰਗੁਰਾਲ ਨੂੰ ਲੋਕਾਂ ਨੇ 2022 ਦੇ ਵਿੱਚ ਚੁਣਿਆ, ਡਿਵੈਲਪਮੈਂਟ ਦੇ ਤੌਰ ਤੇ ਅਸੀਂ ਦੇਖਿਆ ਸਿਵਰੇ ਨਾਲੀਆਂ ਦੇ ਵਿੱਚ ਗੰਦੇ ਪਾਣੀ ਖੜਾ ਰਿਹਾ, ਕਈ ਥਾਵਾਂ ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪਿਆ, ਇਹ ਇੱਕ ਫੈਕਟਰ ਸੀਗੇ। ਇਸ ਵਜ੍ਹਾ ਕਰਕੇ ਵੀ ਜਿਹੜਾ ਸ਼ੀਤਲ ਪਿਛੜਦੇ ਹੋਏ ਨਜ਼ਰ ਆਏ ਨੇ। ਹੁਣ ਇਹ ਤਸਵੀਰਾਂ ਦੇਖੋ,
ਚਿਹਰੇ ਤੇ ਮੁਸਕਾਨ ਹੈ, ਹਰ ਕੋਈ ਜਿਹੜਾ ਵੈ ਨੱਚ ਰਿਹਾ, ਟੱਪ ਰਿਹਾ, ਭੰਗੜੇ ਪਾ ਰਿਹਾ, ਵਿਕਟਰੀ ਦੇ ਨਿਸ਼ਾਨ ਜਿਹੜਾ ਵੈ ਉਹ ਦਿਖਾ ਰਿਹਾ ਵੈ, ਤਾਂ ਚਿਹਰੇ ਤੇ ਬੇਹੱਦ ਖੁਸ਼ੀ ਹੈ ਇਸ ਪਰਿਵਾਰ ਦੇ ਵਿੱਚ। ਜਸ਼ਨ ਦਾ ਮਾਹੌਲ ਜਿਹੜਾ ਵੈ ਉਹ ਨਜ਼ਰ ਆ ਰਿਹਾ, ਔਰ ਢੋਲੀ ਵੀ ਜਿਹੜੇ ਨੇ ਉਹ ਬਾਹਰ ਪਹੁੰਚ ਚੁੱਕੇ ਨੇ, ਢੋਲੀ ਵੀ ਜਿਹੜੇ ਬਾਹਰ ਪਹੁੰਚ ਚੁੱਕੇ ਨੇ, ਔਰ ਭੰਗੜੇ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਕਹਿੰਦੇ ਕਿ ਅਗਰ ਕੋਈ ਜਿੱਤਦਾ ਤਾਂ ਉਸ ਦੇ ਪਿੱਛੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ, ਘਰ ਦੀਆਂ ਜਿਹੜੀਆਂ ਮਹਿਲਾਵਾਂ ਨੇ, ਭੈਣਾਂ, ਦੋਤੀਆਂ, ਪੋਤੀਆਂ ਔਰ ਉਹਨਾਂ ਦੀ ਬੇਟੀ, ਸਾਰਿਆਂ ਨੇ ਪੂਰੀ ਵਾਹ ਜਿਹੜੀ ਉਹ ਲਗਾ ਦਿੱਤੀ ਸੀਗੀ, ਔਰ ਇਸੇ ਵਜ੍ਹਾ ਕਰਕੇ ਚਿਹਰੇ ਤੇ ਖੁਸ਼ੀ ਆ, ਮੁਸਕਰਾਹਟ ਹੈ। ਔਰ ਭਗਤ ਚੁੰਨੀ ਲਾਲ ਹੋਰਾਂ ਨੇ ਇਹ ਕਿਹਾ ਸੀਗਾ ਕਿ ਮੈਂ ਰਿਟਾਇਰ ਹੋ ਗਿਆ, ਮੈਂ ਕਿਸੇ ਸਿਆਸੀ ਪਾਰਟੀ ਨਾਲ ਤਾਲੁਕ ਨਹੀਂ ਰੱਖਾਂਗਾ, ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਸੀਗੇ, ਤਾਂ ਢੋਲ ਜਿਹੜਾ ਵਾ ਉਹ ਪਹੁੰਚ ਚੁੱਕਿਆ, ਤਸਵੀਰਾਂ ਨੇ ਇਸ ਵੇਲੇ ਔਰ ਢੋਲੀ ਜਿਹੜਾ ਵਾ ਉਹ ਆ ਚੁੱਕਿਆ, ਭੰਗੜੇ ਜਿਹੜੇ ਨੇ ਉਹ ਪੈ ਰਹੇ ਨੇ, ਜਸ਼ਨ ਦਾ ਮਾਹੌਲ ਜਿਹੜਾ ਥੋੜੇ ਜਸ਼ਨ ਦੀਆਂ ਤਸਵੀਰਾਂ ਨੇ, ਇੰਨੀ ਖੁਸ਼ੀ ਚ ਅੱਜ ਕੁਛ ਨੀ ਸਾਨੂੰ ਪਤਾ, ਬਸ ਇਹ ਵੀ ਪਤਾ ਝਾੜੂ ਝਾੜੂ ਹੋ ਗਿਆ ਜੀ, ਝਾੜੂ ਝਾੜੂ ਹੋ ਗਿਆ, ਸਾਡੇ ਭਾਜੀ ਜਿੱਤ ਗਏ ਆ, ਇੱਕ ਆਮ ਬੰਦਾ ਸਾਰੇ ਕਿੰਦੇ ਨਾਲ ਵੀਡੀਓ ਕਾਲ ਤੇ ਦਿਖਾ ਰਹੇ ਹੋ, ਬੇਟੀ ਉਹਨਾਂ ਦੀ ਵੱਡੇ ਭਾਬੀ ਜੀ ਦੀ ਬੇਟੀ ਹੈ, ਇਹ ਬੇਟੀ ਹੈ ਉਹਨਾਂ ਦੀ, ਇਹ ਵੱਡੇ ਭਾਬੀ ਜੀ, ਤੁਹਾਡੇ ਬੇਟੀ, ਹਾਂਜੀ ਵਧਾਈਆਂ ਦੇ, ਕਿੱਥੇ ਰਹਿੰਦੇ? ਗੁਜਰਾਤ, ਗੁਜਰਾਤ ਤੋਂ ਵੀ ਲੋਕ ਦੇਖ ਰਹੇ ਨੇ, ਗੁਜਰਾਤ ਤੋਂ ਵੀ ਸਿੱਧੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਖਿਆ ਜਾ ਰਿਹਾ ਵਾ, ਤਾਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ ਜਦੋਂ ਢੋਲੀ ਪਹੁੰਚਿਆ ਵਾ।
ਜਸ਼ਨ ਦੀਆਂ ਤਸਵੀਰਾਂ ਨੇ ਮਹਿੰਦਰ ਭਗਤ ਦੇ ਘਰ ਦੀਆਂ। ਜ਼ਾਹਿਰ ਜੀ ਗੱਲ ਹੈ ਗੌਰਵ, ਜਸ਼ਨ ਹੋਣਾ ਲਾਜ਼ਮੀ ਹੈ ਜੇ ਤੁਸੀਂ ਐਡੀ ਵੱਡੀ ਜਿੱਤ, ਔਰ ਖਾਸ ਕਰਕੇ ਤੁਸੀਂ ਉੱਥੋਂ ਚੱਲੇ ਹੋ ਵੋਟ ਲੈ ਕੇ ਜਿੱਥੇ ਤੁਹਾਨੂੰ ਨਾ ਦੇ ਬਰਾਬਰ ਵੋਟਾਂ ਪਈਆਂ ਸੀ, ਕਿ ਹਰ ਕੋਈ ਜੇ ਇਸ ਸੀਟ ਬਾਰੇ ਜ਼ਿਕਰ ਕਰਦਾ ਸੀ ਜਾਂ ਪੁੱਛਦਾ ਸੀ ਤਾਂ ਉਹ ਕਹਿੰਦਾ ਸੀ ਕਿ 15,000 ਵੋਟ ਆਮ ਆਦਮੀ ਪਾਰਟੀ।